ਕੋਈ ਸੁਹਾਗੇ ਤੇ ਬਹਿ ਕੇ ਇੰਤਜ਼ਾਰ ਕਰਦਾ ਪਿਆ, ਕੋਈ ਕਿਸੇ ਤਰ੍ਹਾਂ ਇੰਤਜ਼ਾਰ ਕਰਦਾ ਪਿਆ। ਕਿਤੇ ਛਾਪੜ ਭਰੇ ਦੇ ਜੇਬੀਆਂ ਦੇ। ਹੈਲੋ ਜੀ, ਮੇਰੀ ਤਲਾਸ਼ੀ ਲੈ ਲਓ, ਮੈਂ ਕਿਹੜੀ ਜੇਬੀਆਂ ਭਰੀ ਦੀਆਂ ਉਹਨਾਂ ਨੂੰ ਦੱਸੋ ਜੀ। ਇਹ ਮੁੰਡੇ ਨੇ ਘਰੋਂ ਦੇਗਾਂ ਚਾਰ ਪਕਾ ਕੇ ਲਿਆਂਦੀਆਂ ਨੇ ਤੇ ਇਹਨੇ ਦੇਗਾਂ ਦਿੱਤੀਆਂ ਨੇ ਮੇਲੇ ਤੇ, ਸਾਰਾ ਇੰਤਜ਼ਾਮ ਇਹਨੇ ਕੀਤਾ ਵਿਚਾਰੇ ਨੇ, ਬਾਕੀ ਸਾਰੇ ਜਿਹੜੇ ਲੋਕ ਨੇ ਫਾਰਗ ਨੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ ਦੋਸਤੋ। ਅੱਜ ਦਾ ਵਲੋਗ ਸ਼ੁਰੂ ਕਰਨੇ ਆ। ਅੱਜ ਅਸੀਂ ਆਪਣੇ ਨਾ ਸਾਡੇ ਜਾਬਰ ਖਾਨ, ਯਾਸਰ ਖਾਨ ਬਾਈ ਹੁਣਾਂ ਨੇ ਆਪਣੇ ਦਰਬਾਰ ਸ਼ਰੀਫ 'ਤੇ ਚਾਦਰ ਚੜ੍ਹਾਈ ਸੀ ਔਰ ਲੰਗਰ ਪੱਕਾ ਵਾ ਸੀ, ਦੇਗ ਪੱਕੀ ਵੀ ਸੀ। ਉਹ ਸਾਡੇ ਛੋਟਾ ਨਿਊ ਯੀਅਰ ਹੈਗਾ, ਕੁਛ ਇੱਥੇ ਲੈ ਕੇ ਆਏ ਨੇ ਖਾਣਾ ਕਿ ਜਿੰਨੇ ਵੀ ਆਪਣੇ ਯਾਰ ਦੋਸਤ ਨੇ ਬੈਠ ਕੇ ਇੱਥੇ ਖਾਂਦੇ ਨੇ। ਮੈਂ ਚਲੋ ਆਪਣੇ ਛੋਟਾ ਨਿਊ ਯੀਅਰ ਸਾਡਾ ਯਾਰ ਇੱਥੇ ਬੈਠ ਕੇ ਅਸੀਂ ਖਾਣਾ ਖਾਂਦੇ ਹਾਂ। ਔਰ ਇਹ ਲਾਹੌਰ ਨੂੰ ਬੱਸਾਂ ਜਾ ਰਹੀਆਂ ਜੀ ਸਾਡੇ, ਔਰ ਚਲੋ ਚੱਲਦੇ ਹਾਂ। ਤੁਹਾਨੂੰ ਦੱਸਦੇ ਹਾਂ ਕਿ ਯਾਸਰ ਹੋਣਾ ਨੇ ਆਪਣੇ ਨਾ ਜਾਬਰ ਖਾਨ ਹੋਣਾ ਨੇ ਕੀ ਇੰਤਜ਼ਾਮ ਕੀਤਾ, ਜਾ ਕੇ ਦੇਖਦੇ ਹਾਂ। ਸਾਰੇ ਦੋਸਤ ਇਕੱਠੇ ਹੋਏ ਨੇ, ਦੇਖਦੇ ਹਾਂ ਕਿ ਚਾਵਲ ਪੱਕੇ ਦੇ ਨੇ ਅਤੇ ਆਪਣੇ ਦੋਸਤ ਆਏ ਨੇ ਇੱਥੇ ਬੈਠ ਕੇ ਲੰਗਰ ਸ਼ੰਗਰ ਕਰਦੇ ਨੇ। ਜ਼ਰਾ ਆ ਜਾਓ, ਤੁਹਾਨੂੰ ਵੀ ਦਿਖਾਉਂਦੇ ਹਾਂ। ਜ਼ਰਾ ਇਹ ਸਾਡਾ ਛੋਟਾ ਨਿਊ ਯਾਰਕ ਹੈ, ਜਿਹਨਾਂ ਦੋਸਤਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦੇ ਹਾਂ ਕਿ ਜੀ ਇਹ ਸਾਡਾ ਛੋਟਾ ਨਿਊ ਯਾਰਕ, ਮੁੰਡੀ ਖੇਲ ਛੋਟਾ ਨਿਊ ਯਾਰਕ। ਮਾਸ਼ਾਅੱਲਾ ਜੀ, ਹਾਂਜੀ ਲੰਗਰ ਤਿਆਰ ਆ ਜੀ। ਹਾਂਜੀ ਬਿਲਕੁਲ ਤਿਆਰ ਆ। ਕੀ ਆ ਇੰਤਜ਼ਾਰ ਦੀਆਂ ਘੜੀਆਂ ਹੀ ਨੇ, ਅਜੇ ਇੰਤਜ਼ਾਰ ਕਰਦੇ ਪਏ ਹੋ? ਇਨਸ਼ਾਅੱਲਾ ਇੰਤਜ਼ਾਰ ਕਰ ਰਹੇ। ਇੰਤਜ਼ਾਰ ਖਤਮ ਹੋ ਗਿਆ ਕਿ ਤਿਆਰੀ ਹੈ? ਇਹ ਸਾਡੇ ਜੀ ਭਰਾ ਨੇ ਡੇਰਾ ਅਫਗਾਨਾ ਤੋਂ ਆਏ ਦੇ ਨੇ ਸਪੈਸ਼ਲ ਲੰਗਰ ਕਰਨ। ਹੈਂ ਦੇਖੋ, ਨਾਲੇ ਸ਼ਰਮਾਉਂਦੇ ਨੇ, ਤੁਹਾਨੂੰ ਪਤਾ। ਅੱਛਾ ਜੀ, ਇਹ ਬੇਇੱਜ਼ਤੀ ਆ, ਇਹ ਬੇਇੱਜ਼ਤੀ ਆ ਯਾਰ। ਕਿਹੜੇ ਪਾਸਿਓਂ ਬੇਇੱਜ਼ਤੀ ਆ, ਮੈਨੂੰ ਦੱਸ ਛੋੜੋ ਯਾਰ। ਲੰਗਰ ਕਰਨਾ ਕੋਈ ਬੇਇੱਜ਼ਤੀ ਹੁੰਦੀ ਆ? ਹੈਂ ਇਹ ਕੋਈ ਬੇਇੱਜ਼ਤੀ ਨਹੀਂ ਯਾਰ ਮੇਰਾ ਭਰਾਵਾ। ਅਸੀਂ ਤਾਂ ਆਪਣੇ ਨਾਜ਼ਰੀ ਨੂੰ ਦੱਸਣੇ ਪਏ ਹਾਂ ਕਿ ਸਾਡੇ ਲਾਗੇ ਡੇਰਾ ਅਫਗਾਨਾ ਜੀ ਬੜਾ ਮਸ਼ਹੂਰ ਪਿੰਡ ਆ, ਉੱਥੋਂ ਆਏ ਨੇ ਸਾਡੇ ਭਰਾ ਛੋਟੇ ਆਪਣੇ ਲੰਗਰ ਕਰਨ ਇੱਥੇ ਜਾਬਰ ਖਾਨ ਦੇ ਡੇਰੇ ਤੇ। ਸਾਡਾ ਛੋਟਾ ਨਿਊ ਯਾਰਕ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਔਰ ਸਾਡੇ ਨਾਰਵਲ ਕਾਲਜ ਦੇ, ਡਿਗਰੀ ਕਾਲਜ ਦੇ ਸਾਡੇ ਰੋਡ ਸਦਰ ਜਿਹੜੇ ਨੇ ਆਤਫ ਖਾਨ ਅਤੇ ਅਬਦੁਰਮਾਨ। ਅਬਦੁਰਮਾਨ ਕਿਹੜੇ ਰੋਡ ਦੇ ਸਦਰ ਹੋ ਤੁਸੀਂ? ਹਾਂਜੀ ਸ਼ਕਰਗੜ੍ਹ ਰੋਡ ਦੇ ਜੀ। ਸ਼ਕਰਗੜ੍ਹ ਰੋਡ ਦੇ ਸਦਰ ਹੋ ਅਤੇ ਆਤਫ ਭਾਈ ਕਿਹੜੇ ਰੋਡ ਦਾ ਸਦਰ? ਪੂਰੇ ਪਾਕਿਸਤਾਨ ਦੇ। ਪੂਰੇ ਪਾਕਿਸਤਾਨ ਦਾ ਜੀ? ਹਾਂਜੀ। ਅਤੇ ਅਬਦੁਰਮਾਨ ਤੁਹਾਨੂੰ ਨਿਊ ਯਾਰਕ ਨਾ ਭੇਜ ਦੀਏ? ਨਹੀਂ ਖਾਨ ਸਾਹਿਬ, ਇੱਥੇ ਚੰਗੇ ਆ। ਇੱਥੇ ਚੰਗੇ ਆ? ਨਹੀਂ ਯਾਰ, ਨਿਊ ਯਾਰਕ ਜਾਣਾ ਤਾਂ ਗੱਲ ਕਰ। ਨਹੀਂ ਨਹੀਂ, ਲੰਗਰ ਸ਼ੰਗਰ ਵੀ ਤਿਆਰ ਹੋਇਆ ਕਿ ਨਹੀਂ? ਖਵਾ ਕੇ ਭੇਜਾਂਗੇ, ਟੈਨਸ਼ਨ ਨਾ। ਅੱਛਾ, ਖਵਾ ਕੇ ਭੇਜੋਗੇ? ਹਾਂਜੀ। ਚਲੋ ਠੀਕ ਹੈ ਜੀ, ਆ ਜਾਓ ਜ਼ਰਾ ਅੰਦਰ ਚੱਲਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਆਪਣੇ। ਇਹ ਦੇਖ ਲਓ ਜੀ ਸਾਡੇ ਦੋਸਤ, ਕੋਈ ਕਿਸੇ ਨੁੱਕਰ 'ਤੇ ਬੈਠਾ ਦਾ, ਕੋਈ ਕਿਸੇ ਨੁੱਕਰ 'ਤੇ ਬੈਠਾ ਦਾ। ਦੋ ਤਿੰਨ ਸਾਡੇ ਭਰਾ ਟੋਕੇ ਲਾ ਕੇ ਖੜ੍ਹੇ ਨੇ, ਹਰ ਬੰਦਾ ਲੰਗਰ ਦੇ ਇੰਤਜ਼ਾਰ 'ਚ ਆ, ਲੇਕਿਨ ਲੰਗਰ ਮੇਰਾ ਖਿਆਲ ਲੇਟ ਹੈ। ਇਸ ਟਾਈਮ ਅਜੇ ਤੱਕ ਲੰਗਰ ਨਹੀਂ ਪਹੁੰਚਿਆ ਸਾਡੇ ਛੋਟੇ ਨਿਊ ਯਾਰਕ 'ਤੇ। ਕੀ ਗੱਲ ਆ ਯਾਰ, ਸਾਡਾ ਛੋਟਾ ਨਿਊ ਯਾਰਕ 'ਤੇ ਲੰਗਰ ਕਿਉਂ ਨਹੀਂ ਪਹੁੰਚਿਆ ਅਜੇ ਤੱਕ? ਲੰਗਰ ਸਰ ਤੁਹਾਡਾ ਛੋਟਾ ਭਰਾ ਲੈਣ ਗਿਆ ਵਾ। ਅੱਛਾ, ਤੇ ਜਾਬਰ ਖਾਂ ਕੇ ਯਾਸਰ ਖਾਂ? ਯਾਸਰ ਖਾਂ ਗਿਆ ਵਾ ਲੈ। ਅੱਛਾ ਅੱਛਾ, ਤੇ ਉਹ ਰਸਤਾ ਭੁੱਲ ਗਿਆ ਵਾ? ਰਸਤਾ ਭੁੱਲ ਗਿਆ ਜੀ, ਉਹ ਕਹਿੰਦਾ ਜੀ ਰਸਤਾ ਭੁੱਲ ਗਿਆ, ਲੈ ਕੇ ਆ ਜਾਂਦਾ ਥੋੜ੍ਹੀ ਦੇਰ ਤੱਕ। ਚਲੋ ਕੋਈ ਗੱਲ ਨਹੀਂ, ਅਸੀਂ ਇੰਤਜ਼ਾਰ ਕਰਨੇ ਆ ਜੀ। ਯਾਸਰ ਖਾਂ ਗਿਆ ਵਾ ਚਾਵਲ ਲੈਣ ਤੇ, ਸਾਰੇ ਕੋਈ ਸੁਹਾਗੇ ਤੇ ਬਹਿ ਕੇ ਇੰਤਜ਼ਾਰ ਕਰਦਾ ਪਿਆ, ਕੋਈ ਕਿਸੇ ਤਰ੍ਹਾਂ ਇੰਤਜ਼ਾਰ ਕਰਦਾ ਪਿਆ। ਤੇ ਤੁਸੀਂ ਤੇ ਛਾਪੜ ਭਰੇ ਦੇ ਜੇਬੀਆਂ ਦੇ। ਹੈਲੋ ਜੀ, ਮੇਰੀ ਤਲਾਸ਼ੀ ਲੈ ਲਓ, ਮੈਂ ਕਿਹੜੀ ਜੇਬੀਆਂ ਭਰੀ ਦੀਆਂ ਉਹਨਾਂ ਨੂੰ ਦੱਸੋ ਜੀ। ਬਾਕੀ ਲੰਗਰ ਖਾਣਾ ਕੋਈ ਗੁਨਾਹ ਨਹੀਂ ਹੈ ਮੇਰੇ ਭਰਾ, ਜਦੋਂ ਲੰਗਰ ਪੱਕਾ ਦਾ ਤੇ ਫਿਰ ਖਾਣ 'ਚ ਕੋਈ ਹਰਜ ਨਹੀਂ ਆ। ਬਾਕੀ ਇਹ ਖਾਣਾ ਵੀ ਚਾਹੁੰਦੇ ਨੇ ਤੇ ਸ਼ਰਮਾਉਂਦੇ ਵੀ ਪਏ ਨੇ। ਤੂੰ ਪਕਾਇਆ? ਇਹ ਖਾਣਾ ਵੀ ਚਾਹੁੰਦੇ ਨੇ ਤੇ ਸ਼ਰਮਾਉਂਦੇ ਵੀ ਨੇ। ਇਹ ਮੁੰਡੇ ਨੇ ਘਰੋਂ ਦੇਗਾਂ ਚਾਰ ਪਕਾ ਕੇ ਲਿਆਂਦੀਆਂ ਨੇ ਤੇ ਇਹਨੇ ਦੇਗਾਂ ਦਿੱਤੀਆਂ ਨੇ ਮੇਲੇ ਤੇ, ਸਾਰਾ ਇੰਤਜ਼ਾਮ ਇਹਨੇ ਕੀਤਾ ਵਿਚਾਰੇ ਨੇ, ਬਾਕੀ ਸਾਰੇ ਜਿਹੜੇ ਲੋਕ ਨੇ ਫਾਰ। ਆ ਗਿਆ ਜੀ ਲੰਗਰ, ਆ ਗਿਆ ਲੰਗਰ, ਆ ਗਿਆ ਯਾਸਰ ਖਾਨ ਲੰਗਰ ਲੈ ਕੇ ਆ ਗਿਆ। ਇੰਤਜ਼ਾਰ ਦੀਆਂ ਘੜੀਆਂ ਖਤਮ, ਲੰਗਰ ਆ ਗਿਆ ਜੀ, ਲੰਗਰ ਆ ਗਿਆ। ਦੇਖੋ ਜੀ ਇਹ ਯਾਸਰ ਖਾਨ ਲੰਗਰ ਲੈ ਗਿਆ, ਉਹ ਗਿਆ ਜੀ ਅੰਦਰ। ਅੰਦਰ ਕਿਉਂ ਲੈ ਗਿਆ, ਬਾਹਰ ਲੈ ਗਿਆ ਯਾਰ? ਅੱਛਾ, ਮਹਿਮਾਨ ਅੰਦਰ ਬਹਿਣਗੇ? ਅੱਛਾ, ਮਹਿਮਾਨਾਂ ਦਾ ਇੰਤਜ਼ਾਮ ਅੰਦਰ ਕੀਤਾ ਹੈ। ਲੰਗਰ ਲੈ ਕੇ ਜੀ ਆਪਣੇ ਆ ਗਏ ਨੇ ਨਿਊ ਯਾਰਕ, ਛੋਟਾ ਨਿਊ ਯਾਰਕ ਤੇ ਆ ਗਏ ਨੇ ਯਾਸਰ ਖਾਨ। ਆਇਓ ਵੀ ਦੋਸਤੋ, ਤੁਹਾਡੀਆਂ ਸਾਰਿਆਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ, ਤੁਹਾਡਾ ਲੰਗਰ ਆ ਗਿਆ। ਆਇਓ ਆਪਣਾ ਆ ਕੇ ਤੇ ਲੰਗਰ ਕਰ ਲਓ। ਇਹ ਦੇਖੋ ਬੱਚੇ ਸਾਰੇ ਲੰਗਰ ਕਰਨ ਆਏ ਨੇ, ਸਾਰੇ ਲੰਗਰ ਕਰਨ ਆਏ ਨੇ ਵਿਚਾਰੇ। ਇਹ ਸੁਬਹਾ ਦੇ ਭੁੱਖੇ ਨੇ ਤੇ ਲੰਗਰ ਕਰਨ ਆਏ ਨੇ। ਦੇਖੋ ਜੀ ਨਾਲ ਸ਼ਰਮਾਉਂਦੇ ਵੀ ਨੇ, ਝਾਕਦੇ ਵੀ ਨੇ। ਹੈ ਇਹਨਾਂ ਸੁਬਹਾ ਦੀ ਰੋਟੀ ਨਹੀਂ ਖਾਧੀ ਤੀ ਕਿ ਲੰਗਰ ਕਰਨਾ? ਸਾਰਾ ਹੀ ਝੂਠ ਜੇ ਹੈ। ਸਾਹਮਣੇ ਸਾਡੇ ਇਹ ਦੇਖੋ ਸਾਰੇ ਭਾਈ ਬੈਠ ਗਏ ਨੇ ਜੀ ਮਾਸ਼ਾਅੱਲਾ। ਕੁਛ ਭਾਈ ਸਾਡੇ ਸ਼ਰਮਾਉਂਦੇ ਪਏ ਨੇ, ਕਹਿੰਦੇ ਨੇ ਕਿ ਤਨਵੀਰ ਭਾਈ ਕੈਮਰਾ ਬੰਦ ਕਰੇਗਾ ਫਿਰ ਅਸੀਂ ਨਾ ਲੰਗਰ ਖਾਣਾ ਸ਼ੁਰੂ ਕਰਨਾ। ਮੈਂ ਜੀ ਠੀਕ ਹੈ। ਬਾਕੀ ਦੋਸਤੋ, ਅਗਰ ਤੁਹਾਨੂੰ ਸਾਡਾ ਅੱਜ ਦਾ ਸ਼ੁਗਰ ਮੇਲਾ, ਸਾਡੀ ਵੀਡੀਓ ਅੱਛੀ ਲੱਗੀ ਹੈ, ਸਾਡੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਲਾਜ਼ਮੀ ਕਰਿਆ ਕਰੋ। ਆਪਣੀਆਂ ਦੁਆਵਾਂ ਯਾਦ ਰੱਖਿਓ ਇਹਨਾਂ ਭਾਈਆਂ ਨਾਲ ਜਿਹੜੇ ਲੰਗਰ ਕਰਨ ਆਏ ਨੇ, ਸੁਬਹਾ ਦੇ ਭੁੱਖੇ ਨੇ ਵਿਚਾਰੇ ਲੰਗਰ ਕਰਨ ਵਾਸਤੇ। ਇਹਨਾਂ ਸਾਰਿਆਂ ਭਰਾਵਾਂ
ਜਾਦਾ ਤਨਵੀਰ ਖਾਨ ਕਾਵਿਸ਼ ਨੂੰ ਅੱਲਾ ਹਾਫਿਜ਼।